ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਲ ਕਲਾਂ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਪ੍ਰਿੰਸੀਪਲ ਵੀਰ ਕੋਲ ਅੱਜ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ, ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਸੁਣਾ, ਠੀਕ ਠਾਕ ਜੀ? ਠੀਕ ਠਾਕ, ਤੁਸੀਂ ਸੁਣਾਓ? ਸਭ ਵਧੀਆ ਜੀ। ਤੇ ਨਾਮ ਦੱਸ ਦਿਓ ਕਰੀ ਆਪਣਾ। ਨਾਮ ਮੇਰਾ ਪ੍ਰਿਤਪਾਲ ਸਿੰਘ ਜੀ। ਹਾਂਜੀ, ਚਾਲ ਕਲਾਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ। ਤੇ ਫੋਨ ਨੰਬਰ ਬੋਲ ਦਿਓ ਕਰੀ। 70-71-74। ਠੀਕ ਆ, ਤੇ ਅੱਜ ਦੋ ਹੀ ਆ ਫਿਰ? ਅੱਜ 2000 ਦੀ ਭਾਜੀ ਸੂਈਆਂ ਸਵਾਈਆਂ ਦੋਵੇਂ। ਠੀਕ ਆ, ਚਲੋ ਸ਼ੁਰੂਆਤ ਜੀ। ਭਾਜੀ ਅੱਜ 8 ਦਿਨ ਹੋ ਗਏ ਜੀ ਸੂਈ ਨੂੰ। 8 ਦਿਨ ਹੋ ਗਏ ਕਹਿੰਦੇ ਸੂਈ ਨੂੰ, ਤੇ ਥਣਾ ਦਾ ਸਾਈਜ਼ ਕੀ ਆਪ ਦੇਖ ਸਕਦੇ। ਬੱਚਾ ਕੀ ਜੇ? ਮਗਰ 16 ਕਿਲੋ ਤਿਆਰ ਜੀ, ਦੇਖੋ ਬੱਚਾ ਜੇ। ਮਗਰ ਬੱਚਾ ਹੈ 16 ਲੀਟਰ ਤਿਆਰ, ਬਿਲਕੁਲ 16 ਲੀਟਰ ਤਿਆਰ, 15 ਲੀਟਰ ਦੀ ਫੁੱਲ ਗਰੰਟੀ ਦੇਵਾਂਗੇ ਆਪਾਂ। ਅੱਛਾ, ਜਿੱਦਾਂ ਮਰਜ਼ੀ ਕੋਈ ਚਾਹੀ ਜਾਏ ਕਰੋ, ਚਵਾ ਕੇ ਦੋਗੇ? ਬਿਲਕੁਲ ਮਰਜ਼ੀ ਕੋਈ ਚਵਾ ਕੇ ਦੇਵੇ, ਵੇਖ ਲਓ। ਬਾਕੀ ਹੱਥੀ ਭਾਜੀ ਖਾਣ ਫੁੱਲ, ਵੇਖੋ ਬੱਚੀ ਦਾ ਕੀ ਲੱਗਾ। ਹਫਤੇ 10 ਦਿਨਾਂ ਦੀ ਸੂਈ ਦੱਸਦੇ ਆ। ਬਾਕੀ ਹਵਾ ਨਾਲ ਥੋੜ੍ਹਾ ਨਿੱਘਰ ਰੱਖਦੀ ਹੈ। ਵੀਡੀਓ ਬਣਾਉਂਦਾ ਟਾਈਮ ਵੀ ਹਲੇ ਦੁਪਹਿਰ ਦਾ ਵਾ, ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾ ਨਾਲ ਜਿਹੜਾ ਤਿਆਰ ਕਰ ਦਿਓ। ਦਿਖਾ ਦਿਓ ਕੋਈ, ਬਾਕੀ ਹੈ ਸਫਾਈਆਂ ਜਾਂ ਪੂਰੀ ਜਿੰਨੀ ਵੀ ਆ। ਠੀਕ ਆ, ਠੀਕ ਆ, 6 ਫੈਟ ਕਹਿੰਦੇ ਇਹਦੀ ਆਉਂਦੀ ਆ। ਹੁਣ ਵੇਖੋ ਕਿੱਡਾ ਪਿਆਰਾ। ਠੀਕ ਆ, ਦਿਖਾਈਏ ਚਵਾ ਫਿਰ ਆਪਾਂ। ਬਾਕੀ ਆਹ ਦੇਖ ਸਕਦੇ ਜੀ, ਹੈਗੀ ਠੰਡੀ ਧੇਰੀ ਆ ਜਿਹੜੀ ਪਿਛਲੇ ਥਣਾਂ ਦਾ ਚਵਾ ਦਿਖਾ ਦਈਏ ਵੀਰ ਜੀ ਇੱਕ ਵਾਰੀ। ਪਿਛਲੇ ਥਣਾਂ ਦਾ ਚਵਾ ਦੇਖ ਸਕਦੇ, ਬਾਕੀ ਆਹ ਦੇਖ ਸਕਦੇ, ਕੋਈ ਰੱਸੀ ਦੀ ਲੋੜ ਨਹੀਂ ਹੈ, ਕੋਈ ਕੁਝ ਨਹੀਂ, ਇਸ ਤਰ੍ਹਾਂ ਹੀ ਜਿਹੜਾ ਇਹਨੇ ਚਵਾਈ ਕਰਾਉਣੀ ਹੈ। ਠੀਕ ਹੈ ਵੀਰ ਜੀ, ਦੱਸੀਏ ਮੁੱਲ ਫਿਰ ਇਹਦਾ ਆਪਾਂ। ਅਤੇ ਦੁੱਧ 15 ਲੀਟਰ ਬਿਲਕੁਲ ਤਿਆਰ ਹੈ, ਬਿਲਕੁਲ ਤਿਆਰ ਹੈ ਵੀ ਭਾਜੀ, 15 ਕਿਲੋ। ਹਾਂ ਦੇਖਾਂ ਦੇ ਕਸਮ ਕੇ ਥਣ ਪੂਰਾ ਵਧੀਆ ਤਿਆਰ ਕੀਤਾ, ਬਾਕੀ ਠੰਡੀ ਬੜੀ ਯਾਰ ਵੀ ਭਾਜੀ। ਠੀਕ ਆ, ਬਾਕੀ ਠੰਡੇ ਪਸ਼ੂ ਦਾ ਜਿਹੜਾ ਵਾਧਾ ਹੁੰਦਾ, ਸੂਆ ਕਿਨਵਾਂ ਦਾ? ਯਾਰ ਵੀ ਭਾਜੀ ਗਾਂ ਦੀ ਆ। ਠੀਕ ਆ, ਅਗਲੇ ਬੰਨੇ ਜਾਂਦੀ ਵਸੀ ਦੀ। ਸੂਆ ਕਿਨਵਾਂ ਜੀ ਦਾ? ਸੂਆ ਇਹਦਾ ਵੀ ਦੂਜਾ ਜੀ। ਅੱਛਾ, ਦੂਜਾ ਸੂਆ। ਤੇ ਮੁੱਲ? ਮੁੱਲ ਵੇਖ ਲਓ ਕਿੰਨਾ ਗੱਲ ਹੈ, ਮੁੱਲ ਛੋਟਾ ਹੀ ਕਰਨਾ ਵੀ ਭਾਜੀ। ਜਾ ਜਾ ਕਰੀਏ, ਜਾਵੇ ਪਹਿਲੇ ਫੋਨ ਤੇ। ਮੁੱਲ ਇਹਦਾ ਭਾਵੇਂ 50 ਕਰਾ ਲਓ, 45,000 ਚ ਮਾਨ ਤਨ ਕਰ ਦਾਂਗੇ। ਅੱਛਾ, ਉਹਦੇ ਵਿੱਚ 2000 ਛੱਡ ਦਾਂਗੇ, 43,000 ਦੀ ਵਸੀ ਦੇ ਦਾਂਗੇ। 43,000 ਦੀ ਦੇ ਦੋ, 15 ਕਿਲੋ ਦੁੱਧ ਜਿਹਦਾ ਮਰਜ਼ੀ ਕੋ ਚਵਾ ਕੇ ਲੈ ਜਾ, 6 ਫੈਟ ਆਊਗੀ ਤੇ ਕੋਈ ਲੈ ਜੇ ਨਹੀਂ ਤੇ ਰਹਿਣ ਦੇ। ਅੱਛਾ, ਆ ਜੇ ਮਗਰ ਬੱਚਾ ਵੇਖ ਲਓ ਸਾਹਮਣੇ, ਜੇ ਮੱਕੇ ਖਾਓ ਥਣ ਵੇਖੋ ਅਰਬੀ ਭਾਜੀ, ਇਕੱਲਾ ਇਕੱਲਾ ਲੱਗਾ, ਥਣ ਵੇਖੋ ਕੀ ਚੀਜ਼ ਲੱਗਾ। ਠੀਕ ਹੈ ਜੀ, ਹਾਂਜੀ। ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ, ਦੂਸਰੇ ਨੰਬਰ ਤੇ ਜਰਸੀ ਆ, ਉਹ ਬੱਚਾ ਜਿਹਦਾ ਅਰਬੀ ਭਾਜੀ ਦਾ ਸਾਹਮਣੇ ਬੈਠਾ, ਆ ਬੱਚਾ ਜੀ ਥੋੜਾ ਆਪਣੀ ਸੰਗਣਾ ਵੇਖ ਲੇ ਕਿੰਨੇ ਕੁ ਚਿਰ ਦਾ ਵਾ ਇਹ ਭਾਜੀ, ਕਮਜ਼ੋਰ ਹੀ ਉੱਠਿਆ ਸਿਆਣੀ ਜੇ ਜਾਂਦਾ ਇਹਦੇ ਕੋਈ 1.5-2 ਮਹੀਨੇ ਦਾ ਆਪਣੀ ਸਮਝ ਨਾਲ, ਕੋਈ ਵੇਖ ਲਓ ਜਿੰਨੇ ਵੀ ਚਿਰਦਾ ਹੈਗਾ ਵਾ, ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਚਾ ਬੱਚਾ ਤੁਹਾਡਾ। ਬਾਕੀ ਵਸੀ ਵੇਖੋ ਆ ਵੀ ਭਾਜੀ ਕੀ ਜੀ, ਕਿੰਨਾ ਜੇ ਇਹਦੇ ਕੋਲ ਦੁੱਧ? ਇਹਦੇ ਕੋਲ ਭਾਜੀ 13 ਕਿਲੋ ਤਿਆਰ ਹੋਊਗਾ, ਤਿਆਰ ਬਿਲਕੁਲ 13 ਲੀਟਰ ਵੀ ਭਾਜੀ। ਵੇਖੋ ਬੂਥੀ ਵੇਖੋ, ਇਹਦੀ ਜਰਸੀ ਜੇ ਵਸੀ, ਫੇਸ ਵੇਖੋ ਕਿੱਡਾ ਚਾਹ, ਬਾਕੀ ਲੈ ਜਾ ਇਹਦਾ ਪਹਿਲਾ ਸੂਆ ਜੀ ਵੇਖੋ ਜੀ।
ਬਾਕੀ ਕੱਦ ਘੱਟ ਬੋਡੀ ਵੇਟ ਇਹਦਾ ਵੀ ਚੰਗਾ ਵਾ। ਇਤਰੇ ਪਹਿਨ ਦਿੰਦੀ ਹੈ। ਅੱਛਾ ਠੀਕ ਆ, ਇਸ ਤਰ੍ਹਾਂ ਕੋਈ ਰੱਸੀ ਦੀ ਲੋੜ ਨਹੀਂ ਕੋਈ ਕੁਝ। ਠੀਕ ਆ, ਇਹਦੇ ਕੋਲ ਦੁੱਧ ਕਿੰਨਾ ਪੱਕਾ ਦੱਸੇ? ਤਿਆਰ ਜਿਹੜਾ ਬਿਲਕੁਲ। ਠੀਕ ਆ, ਅੱਛਾ ਠੀਕ ਆ। ਬਾਕੀ ਥੱਲੇ ਇਹ ਵੀ ਚਲੋ ਜਿੰਨੀ ਹੈਗੀ ਆ ਸਫਾਈ 'ਚ ਹੀ ਆ, ਨਿੱਗਰ ਬਹਾਨੇ ਦੀ ਆ ਜਿਹੜੀ। ਵੈੜਾਂ ਦੋਵੇਂ ਚਲੋ ਜਿੰਨੀਆਂ ਵੀ ਆ ਸਫਾਈ ਸੋਹਣੀਆਂ ਫੱਬਦੀਆਂ ਵਾ, ਜਿਹੜੀਆਂ ਕਿੱਲੇ 'ਤੇ ਵੱਜੀਆਂ ਵੀ। ਇਹਦੇ ਥਾਣੇ ਦੇ ਸਾਹਮਣੇ ਲੱਗ ਗਿਆ ਤਾਂ ਥੋੜਾ ਲੱਤ ਪਿੱਛੇ ਕਰ ਭਾਈ, ਥਾਣ ਲੱਗਾ। ਠੀਕ ਹੈ, ਦਿਖਾ ਦਾ ਚੁਆ ਇਹਦੇ ਦਾ। ਪਿਛਲੇ ਥਾਣਾਂ ਦਾ ਦਿਖਾ ਦੀ ਵੀ ਚੁਆ। ਹਾਂ ਦੇਖ ਸਕਦੇ ਜੀ, ਮੋਟੀ ਧਾਰ ਆ ਚੌਵਾਂ ਥਾਣਾਂ 'ਚ। ਠੀਕ ਆ, ਕੋਈ ਰੱਸੀ ਦੀ ਮੋਲ ਦੀ ਲੋੜ ਕੋਈ ਕੁਝ ਨਹੀਂ। ਠੀਕ ਹੈ, ਦੁੱਧ 20 ਰੁਪਏ ਭਾਈ ਚਿੱਟਾ। ਠੀਕ ਆ, ਦੁੱਧ ਤੇ ਇਹਦਾ ਵੀ ਸੰਘਣਾ ਹੋਣਾ ਵਾ। ਦੁੱਧ ਸੰਘਣਾ ਰੁਪਏ ਭਾਈ 6 ਫੈਟ। ਠੀਕ ਆ, ਇਹਦੀ 6 ਇਹਦੀ ਭਾਈ ਆਪਾਂ ਇਹ ਕਢਾਈ ਉਹਦੀ ਕਢਾਈ ਹੈ। ਠੀਕ ਆ, ਇਹਦੀ ਨਹੀਂ ਕਹਿੰਦੇ ਫੈਟ ਕਢਾਈ, ਉਹਦੀ ਕਢਾਈ ਹੈ ਕਹਿੰਦੇ। ਚਲੋ ਠੀਕ ਆ, ਦੱਸੀਏ ਤਾਂ ਮੁੱਲ ਫਿਰ ਆਪਾਂ। ਮੁੱਲ ਇਹਦਾ ਰੁਪਏ ਭਾਈ ਛੋਟਾ ਹੀ ਆ। ਕਿੰਨਾ ਕੁ ਮੁੱਲ ਇਹਦਾ? ਭਾਵੇਂ 40 ਕਰੀਏ, ਜਿੰਨਾ ਮਰਜ਼ੀ ਆ 35 ਹਜ਼ਾਰ 'ਚ ਮਾਨਤਨ ਕਰ ਦਾਂਗੇ। 35 ਹਜ਼ਾਰ 'ਚ ਮਾਨ 30 ਹਜ਼ਾਰ ਦੀ ਵੱਛੀ ਦੇ ਦਾਂਗੇ ਜਸ 9 ਹਜ਼ਾਰ ਰੁਪਏ ਭਾਜੀ। ਵੇਖੋ ਵੱਛੀ ਕੋਈ ਚੀਜ਼ ਕੀ। ਠੀਕ ਆ, ਬਾਕੀ ਚਲੋ ਕੋਈ ਫੋਨ ਲਾਵੇ ਥੋੜਾ ਬਾਤ ਮੁੱਕ ਦੇ। ਮਾਨਤਨ ਕਰਦਾ, ਕੋਈ ਫਿਕਸ ਨਹੀਂ ਹੈਗਾ। ਅੱਛਾ, ਸੌਣ ਨਹੀਂ ਪਾਤੀ। ਠੀਕ ਆ, ਕਰਾਂਗੇ ਮਾਨਤਨ ਫੁੱਲ ਕਰਾਂਗੇ ਰੁਪਏ ਭਾਜੀ ਕੋ ਫੋਨ। ਠੀਕ ਆ ਜੀ, ਠੀਕ ਹੈ ਜੀ, ਬਸ ਇਹੀ ਆ ਭਾਜੀ। ਸੁਈਆਂ ਸੁਣਾ ਇੱਥੇ ਆ ਕੇ ਤਸੱਲੀ ਕਰੋ, ਠੰਡੀਆਂ ਧੀਰੀਆਂ ਦੋਵੇਂ ਵਿੱਚ ਵੇਖ ਚਾ ਕੇ ਖੜੋ ਹਨਾ। ਆਪਣੀ ਇੱਥੇ ਆਓ, ਆਪਣੀਆਂ ਵੇਖ ਚਾ ਕੇ ਤਸੱਲੀ ਕਰਕੇ ਆਪਣੀ ਸਮਝਣਾ, ਆਪਣੀ ਮਰਜ਼ੀ ਨਾਲ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।